ਕਹਿੰਦੇ ਇੱਕ ਅਧਿਆਪਕ ਨੇ ਇੱਕ ਛੋਟੇ ਬੱਚੇ ਨੂੰ ਸਵਾਲ ਕੀਤਾ ਕਿ ਇਹ ਦੱਸ ਕਿ ਦੁਨੀਆ ਵਿੱਚ ਸਭ ਤੋਂ ਵੱਡਾ ਬੰਦਾ ਕੌਣ ਹੈ। ਉਹ ਬੱਚਾ ਬੜੇ ਹੀ ਸੋਹਣੇ ਢੰਗ ਨਾਲ ਜਵਾਬ ਦਿਆ ਕਰੇ ਕਿ ਵੱਡੇ ਤੋਂ ਵੱਡਾ ਬੰਦਾ ਦੁਨੀਆ 'ਚ ਬਹੁਤ ਹੈ, ਬਹੁਤ ਬੰਦੇ ਨੇ ਵੱਡੇ ਤੋਂ ਵੱਡੇ, ਪਰ ਮੈਨੂੰ ਤਾਂ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਮੇਰਾ ਬਾਪੂ ਲੱਗਦਾ ਹੈ। ਸਮਾਂ ਬੀਤਿਆ, ਉਹ ਬੱਚਾ ਪੜ੍ਹ ਲਿਖ ਕੇ ਚੰਗਾ ਅਫਸਰ ਬਣ ਗਿਆ, ਸਰਕਾਰੀ ਬੰਗਲਾ ਮਿਲਿਆ, ਗੱਡੀ ਮਿਲੀ, ਗਨਮੈਨ ਮਿਲੇ, ਬੜੀ ਤਰੱਕੀ ਕਰ ਗਿਆ। ਬਾਪੂ ਉਦੋਂ ਤੱਕ ਬਜ਼ੁਰਗ ਹੋ ਗਿਆ। ਇੱਕ ਦਿਨ ਬਾਪੂ ਸੋਚਦਾ ਹੈ ਕਿ ਚਲੋ ਹੁਣ ਉਸ ਪੁੱਤਰ ਨੂੰ ਪੁੱਛ ਕੇ ਆਉਣਾ ਕਿ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਕੌਣ ਹੈ। ਜਾ ਕੇ ਜਿਹੜੀ ਕੁਰਸੀ ਤੇ ਪੁੱਤ ਬੈਠਾ ਸੀ ਪਿੱਛੇ ਖੜ ਕੇ ਸਿਰ ਤੇ ਹੱਥ ਰੱਖ ਕੇ ਪੁੱਛਦਾ ਕਿ ਪੁੱਤ ਹੁਣ ਦੱਸ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਕੌਣ ਹੈ। ਪੁੱਤ ਟਾਈ ਸੈੱਟ ਕਰਦਿਆਂ ਜਵਾਬ ਦਿੰਦਾ ਹੈ ਕਿ ਬਾਪੂ ਹੁਣ ਤਾਂ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਮੈਂ ਹੀ ਹਾਂ। ਬਾਪੂ ਨੂੰ ਗੁੱਸਾ ਆਇਆ ਤੇ ਉੱਥੋਂ ਜਾਣ ਲੱਗਾ। ਪੁੱਤ ਨੇ ਪਿੱਛੋਂ ਆਵਾਜ਼ ਮਾਰੀ ਤੇ ਕਿਹਾ, ਬਾਪੂ ਇੱਕ ਵਾਰੀ ਹੋਰ ਪੁੱਛੋ ਕਿ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਕੌਣ ਹੈ। ਬਾਪੂ ਦਰਵਾਜ਼ੇ 'ਚ ਖੜਾ ਫਿਰ ਪੁੱਛਦਾ ਕਿ ਚੱਲ ਹੁਣ ਦੱਸ ਦੇ ਕਿ ਦੁਨੀਆ ਦਾ ਸਭ ਤੋਂ ਵੱਡਾ ਬੰਦਾ ਕੌਣ ਹੈ। ਪੁੱਤ ਨੇ ਫਿਰ ਉਹੀ ਗੱਲ ਆਖੀ ਜੋ ਬਚਪਨ ਵਿੱਚ ਕਹਿੰਦਾ ਹੁੰਦਾ ਸੀ। ਕਹਿੰਦਾ, ਬਾਪੂ ਜੀ, ਦੁਨੀਆ ਦਾ ਸਭ ਤੋਂ ਵੱਡਾ ਬੰਦਾ ਮੇਰਾ ਬਾਪੂ ਹੀ ਹੋ ਸਕਦਾ, ਹੋਰ ਨਹੀਂ ਕੋਈ ਹੋ ਸਕਦਾ। ਬਾਪੂ ਕਹਿੰਦਾ, 2 ਮਿੰਟ ਪਹਿਲਾਂ ਤਾਂ ਆਪਣੇ ਆਪ ਨੂੰ ਵੱਡਾ ਦੱਸ ਰਿਹਾ ਸੀ। ਪੁੱਤ ਨੇ ਬੜਾ ਸੋਹਣਾ ਜਵਾਬ ਦਿੱਤਾ ਕਿ ਬਾਪੂ ਜੀ, ਬਸ ਸਮਝਣ 'ਚ ਹੀ ਫਰਕ ਪੈ ਗਿਆ। 2 ਮਿੰਟ ਪਹਿਲਾਂ ਤੁਸੀਂ ਮੇਰੀ ਕੁਰਸੀ ਪਿੱਛੇ ਖੜ੍ਹੇ ਸੀ ਅਤੇ ਮੇਰੇ ਸਿਰ 'ਤੇ ਤੁਹਾਡਾ ਹੱਥ ਸੀ, ਅਤੇ ਜਿਹਦੇ ਸਿਰ 'ਤੇ ਬਾਪੂ ਦਾ ਹੱਥ ਹੋਵੇ ਉਹ ਦੁਨੀਆ ਦਾ ਵੱਡਾ ਬੰਦਾ ਹੀ ਹੁੰਦਾ ਹੈ। ਬਾਕੀ ਤਾਂ 4 ਪੈਸਿਆਂ ਦੀ ਖੇਡ ਹੈ, ਕਿਸੇ ਕੋਲ 4 ਵੱਧ ਨੇ ਅਤੇ ਕਿਸੇ ਕੋਲ 4 ਘੱਟ। ਸੱਚ ਜਾਣੋ ਜਿਸ ਦੇ ਉੱਤੇ ਬਾਪੂ ਦਾ ਸਾਇਆ ਹੁੰਦਾ ਦੁਨੀਆ ਦਾ ਵੱਡਾ ਬੰਦਾ ਹੀ ਹੁੰਦਾ। ਪਿਓ ਨਾਲ ਹੋਵੇ ਇੰਝ ਲੱਗਦਾ ਦੁਨੀਆ ਦੀਆਂ ਸਾਰੀਆਂ ਖੇਡਾਂ ਹੀ ਮੇਰੀਆਂ ਨੇ, ਬਾਪੂ ਹੁੰਦਿਆਂ ਕੋਈ ਫਿਕਰਾਂ ਨਹੀਂ ਹੁੰਦੀਆਂ, ਬਜ਼ੁਰਗ ਘਰ ਦਾ ਜਿੰਦਰਾ ਹੁੰਦੇ ਨੇ। ਸੋ ਇਹਨਾਂ ਗੱਲਾਂ 'ਤੇ ਤੁਸੀਂ ਗੌਰ ਜ਼ਰੂਰ ਕਰਿਓ।